ਇਹ ਸਰੀਰ ਨੂੰ ਖੋਜਣ ਦਾ ਮੌਕਾ ਦਿੱਤਾ ਹੈ। ਜੋ ਮਹਾਰਾਜ ਸਾਨੂੰ ਸਮਝਾਉਂਦੇ ਨੇ ਵੀ ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਇਸ ਹਰੀ ਦੇ ਮੰਦਰ ਵਿੱਚ ਉਹ ਆਪ ਵੱਸਦਾ। ਹਰਿਮੰਦਰ ਮੈਂ ਹਰ ਵਸੇ ਸਰਬ ਨਿਰੰਤਰ ਸੋਏ, ਨਾਨਕ ਗੁਰਮੁਖ ਵਣਜੀਏ ਸੱਚਾ ਸੌਦਾ ਹੋਏ। ਜੋ ਇਹ ਨਾਮ ਹੈ ਇਸ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ। ਇਸ ਕਰਕੇ ਪਰਮਾਤਮਾ ਵੀ ਇਸ ਕਾਇਆ ਦੇ ਅੰਦਰ ਹੈ, ਸਰੀਰ ਦੇ ਅੰਦਰ ਹੈ, ਤੇ ਨਾਮ ਵੀ ਇਸ ਦੇ ਅੰਦਰ ਹੈ। ਹੁਣ ਇਸ ਨੂੰ ਅਸੀਂ ਅੰਦਰੋਂ ਖੋਜਣਾ। ਪਰਮਾਤਮਾ ਹੈ ਤਾਂ ਸਭ ਜਗ੍ਹਾ ਤੇ ਪਰਿਪੂਰਨ, ਕੋਈ ਐਸੀ ਥਾਂ ਨਹੀਂ ਜਿੱਥੇ ਨਾ ਹੋਵੇ, ਲੇਕਿਨ ਇਸ ਕਾਇਆ ਦੇ ਵਿੱਚ ਵੀ ਵੱਸਦਾ ਹੈ। ਹੁਣ ਆਪਾਂ ਇਸ ਕਾਇਆ ਦੇ ਵਿੱਚ ਹੁਣ ਉਸ ਪਰਮਾਤਮਾ ਨੂੰ ਲੱਭਣਾ ਹੈ। ਜੇ ਆਪਾਂ ਲੱਭ ਲਿਆ ਤੇ ਆਪਾਂ ਪਾਸ ਹੋ ਜਾਂਗੇ, ਜੇ ਨਾ ਲੱਭ ਸਕੇ ਫਿਰ ਫੇਲ ਹੋ ਜਾਂਗੇ। ਜੇ ਆਪਾਂ ਪਾਸ ਹੋ ਗਏ ਫਿਰ ਉਹ ਮਾਲਕ ਸਾਨੂੰ ਆਪਦੇ ਚਰਨਾਂ 'ਚ ਬਿਠਾ ਲਏਗਾ। ਜਦੋਂ ਆਪਾਂ ਦੇਹ ਛੱਡ ਕੇ ਜਾਵਾਂਗੇ ਫਿਰ ਉਹ ਸਾਨੂੰ ਆਪਦੇ ਚਰਨਾਂ 'ਚ ਬਿਠਾ ਲਏਗਾ। ਔਰ ਜਦੋਂ ਜਾਵਾਂਗੇ ਘੁੱਟ ਕੇ ਆਪਦੇ ਸੀਨੇ ਨਾਲ ਲਾਏਗਾ। ਜਿਸ ਨੂੰ ਮਹਾਰਾਜ ਸਮਝਾਉਂਦੇ ਕਹਿੰਦੇ, ਜੋ ਜਨ ਹਰ ਪ੍ਰਭ ਹਰ ਹਰ ਸਰਨਾ, ਤਿੰਨ ਦਰਗਾਹ ਹਰ ਹਰ ਦੇ ਵਡਿਆਈ, ਧੰਨ ਧੰਨ ਸ਼ਾਬਾਸ਼ ਕਹੇ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗੱਲ ਆਈ। ਸ਼ਾਬਾਸ਼ ਦਿੰਦਾ, ਧੰਨ ਧੰਨ ਕਹਿੰਦਾ। ਉਦੋਂ ਫਿਰ ਸਾਰੀ ਸ੍ਰਿਸ਼ਟੀ ਦੇਖਦੀ ਹੈ, ਜਿੰਨੇ ਵੀ ਲੋਕ ਉੱਥੇ ਨੇ ਸਭ ਦੇਖਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਨੇ ਵੀ ਰੇ ਰੇ ਦਰਗੇ ਕਹੇ ਨਾ ਕੋ, ਆਓ ਬੈਠ ਆਦਰ ਸਭ ਦਿਓ। ਆਦਰ ਮਿਲਦਾ ਹੈ, ਕਿਉਂ ਮਿਲਦਾ? ਆਪਦੇ ਮਨ ਨੂੰ ਉਸ ਮਾਲਕ ਦੇ ਰੰਗ ਵਿੱਚ ਰੰਗ ਲਿਆ। ਰਾਰਾ ਰੰਗੋ ਇਹਾਂ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗੇ ਕਹੇ ਨਾ ਕੋ, ਆਓ ਬੈਠ ਆਦਰ ਸਭ ਦਿਓ। ਆਦਰ ਮਿਲਦਾ ਹੈ। ਜੇ ਅਸੀਂ ਨਹੀਂ ਲੱਭ ਪਾਉਂਦੇ, ਇਸ ਮਾਇਆ 'ਚ ਰਹਿੰਦਾ ਸਾਡਾ ਮਨ ਤ੍ਰੈਗੁਣਾਂ 'ਚ, ਫਿਰ ਗੁਰਮੁਖ ਪਿਆਰਿਓ ਸਾਨੂੰ ਦੁਬਾਰੇ ਖੇਡਣਾ ਪੈਂਦਾ ਹੈ, 84 ਲੱਖ ਜੂਨ ਵਿੱਚ ਜਾਣਾ ਪੈਂਦਾ ਹੈ।